ਇਹ ਪਲਸ ਦੀ ਮਦਦ ਨਾਲ ਅੱਜ ਆਪਾਂ ਜਿਹੜੀ ਅੱਗ ਚਲਾਵਾਂਗੇ, ਠੀਕ ਹੈ। ਅਸਲਾਮ ਅਲੈਕੁਮ ਨਾਜ਼ਰੀਨ, ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਬਗੈਰ ਲੈਟਰ ਤੋਂ ਆਪਾਂ ਕਿੱਦਾਂ ਅੱਗ ਚਲਾ ਸਕਦੇ ਹਾਂ। ਆਪਾਂ ਪਹਿਲੇ ਇੱਕ ਬੈਟਰੀ ਲਵਾਂਗੇ, ਇੱਕ ਡਿਸਟਰੀਬਿਊਟਰ, ਇੱਕ ਕੋਇਲ ਔਰ ਇੱਕ ਸਿਲੰਡਰ, ਠੀਕ ਹੈ। ਹੁਣ ਆਪਾਂ ਇਹਨਾਂ ਦੇ ਕਨੈਕਸ਼ਨ ਵੱਲ ਆਉਂਦੇ ਹਾਂ। ਸਭ ਤੋਂ ਪਹਿਲਾਂ ਆਪਾਂ ਬਾਡੀ ਜਿਹੜੀ ਆ ਡਿਸਟਰੀਬਿਊਟਰ ਦੀ ਅਰਥ ਕਰਾਂਗੇ। ਆ ਦੇਖੋ, ਆਪਾਂ ਇੱਕ ਬੈਟਰੀ ਤੋਂ ਅਰਥ ਲੈ ਲਿਆ, ਉਹ ਸਿੱਧਾ ਇਸ ਦੀ ਬਾਡੀ ਨੂੰ ਅਰਥ ਕਰ ਦਿੱਤਾ। ਇਸ ਤੋਂ ਬਾਅਦ ਆਪਾਂ ਜਿਹੜਾ ਡਿਸਟਰੀਬਿਊਟਰ 'ਚੋਂ ਪਲਸ ਨਿਕਲੇਗੀ ਨਾ ਤਾਰ, ਇਹ ਦੇਖੋ ਇਹ ਕੋਇਲ ਦੇ ਹੁੰਦੇ ਨੇ ਦੋ ਪੁਆਇੰਟ, ਇੱਕ ਹੋ ਗਿਆ ਨੈਗੇਟਿਵ ਅਤੇ ਇੱਕ ਹੋ ਗਿਆ ਪੋਜ਼ਿਟਿਵ। ਜਿਹੜੀ ਡਿਸਟਰੀਬਿਊਟਰ 'ਚੋਂ ਪਲਸ ਨਿਕਲੇਗੀ ਉਹ ਨੈਗੇਟਿਵ ਪੁਆਇੰਟ 'ਤੇ ਕੋਇਲ 'ਤੇ ਆ ਜਾਏਗੀ, ਅਤੇ ਇੱਕ ਹੈ ਇਹਦਾ ਦੂਸਰਾ ਪੁਆਇੰਟ ਹੈ, ਇਹਨੂੰ ਆਪਾਂ ਡਾਇਰੈਕਟ ਬੈਟਰੀ 'ਚੋਂ ਕਰੰਟ ਦੇਵਾਂਗੇ, ਠੀਕ ਹੈ। ਕਰੰਟ ਦੇਣ ਤੋਂ ਬਾਅਦ ਜੋ ਹੀ ਆਪਾਂ ਇਹ ਡਿਸਟਰੀਬਿਊਟਰ ਨੂੰ ਨੀਚੋਂ ਘੁਮਾਵਾਂਗੇ, ਅਤੇ ਇਹ ਜਿਹੜਾ ਨਾ ਛੋਲਾ ਕੋਇਲ ਪੈਦਾ ਕਰੇਗੀ, ਅਤੇ ਉਸ ਦੀ ਮਦਦ ਨਾਲ ਅੱਜ ਆਪਾਂ ਸਿਲੰਡਰ ਚਲਾਵਾਂਗੇ, ਅਤੇ ਆਓ ਤੁਹਾਨੂੰ ਅੱਜ ਬਕਾਇਦਾ ਪ੍ਰੈਕਟੀਕਲ ਕਰਕੇ ਦਿਖਾਉਂਦੇ ਹਾਂ। ਚਲੋ ਸਾਜ ਜੀ ਆਨ ਕਰਿਆ ਜੇ ਚੁੱਲ੍ਹਾ। ਅਤੇ ਪਲਸ ਦੀ ਮਦਦ ਨਾਲ ਅੱਜ ਆਪਾਂ ਜਿਹੜੀ ਅੱਗ ਚਲਾਵਾਂਗੇ, ਠੀਕ ਹੈ। ਇਹ ਦੇਖੋ ਬਕਾਇਦਾ ਪ੍ਰੈਕਟੀਕਲ ਆਪਾਂ ਤੁਹਾਨੂੰ ਸਾਰਾ ਕਰਕੇ ਦਿਖਾਇਆ ਹੈ, ਅਤੇ ਤੁਸੀਂ ਵੀ ਜੇ ਕਦੀ ਆਪਣੀ ਬੀਵੀ ਦੀਆਂ ਗਾਲਾਂ ਤੋਂ ਬਚਣਾ ਚਾਹ ਰਹੇ ਹੋ, ਤੁਹਾਨੂੰ ਲੈਟਰ ਨਹੀਂ ਮਿਲ ਰਿਹਾ, ਤਾਂ ਤੁਸੀਂ ਇਹ ਟ੍ਰਿਕ ਯੂਜ਼ ਕਰ ਸਕਦੇ।